ਅਸੀਂ ਇੱਥੋਂ ਤੱਕ ਪੜ੍ਹਿਆ ਸੀ ਨਾ ਕਿ ਉਹ ਆਪਣੇ ਵੱਡੇ ਵਡੇਰਿਆਂ ਬਾਰੇ ਦੱਸਦਾ ਹੈ ਕਿ ਉਹ ਨਾ ਅਮੀਰ ਸਨ, ਜੇ ਉਹ ਅਮੀਰ ਹੁੰਦੇ ਫਿਰ ਉਹ ਸ਼ਾਇਦ ਨਾ ਪੜ੍ਹਦੇ ਇੰਨਾ, ਠੀਕ ਹੈ, ਜਾਂ ਉਹ ਸ਼ਿਕਾਰ ਖੇਡਣ ਜਾਂਦੇ। ਫਿਰ ਉਹ ਆਪਣੇ ਸਰੀਰ ਦੀ ਗੱਲ ਕਰਦਾ ਹੈ ਕਿ ਮੇਰਾ ਸਰੀਰ ਬਹੁਤ ਜ਼ਿਆਦਾ ਪਤਲਾ ਸੀ, ਕ੍ਰੰਗ ਜਿਹਾ, ਕ੍ਰੰਗ ਮਤਲਬ ਪਤਲਾ ਜਿਹਾ, ਤੇ ਉਹਦੇ ਜਿਹੜੇ ਵੱਡੇ ਵਡੇਰੇ ਸਨ ਉਹ ਕੀ ਸਨ, ਹੈਲਦੀ, ਤਾਕਤਵਰ। ਤੇ ਉਹ ਕਹਿੰਦੇ ਸਨ ਕਿ ਇਹ ਕੁੱਲ ਨੂੰ ਲੀਕ ਲਾਉਣ ਵਾਲਾ, ਮਤਲਬ ਕਿ ਬਦਨਾਮ ਕਰਨ ਵਾਲਾ ਆ ਗਿਆ ਹੈ, ਠੀਕ ਹੈ। ਤੇ ਉਹਨੂੰ ਨਕਵਾਇਆ ਕਹਿੰਦੇ ਸਨ ਕਿ ਇਹ ਜਿੱਦਾਂ ਕਹਿੰਦੇ ਆਪਾਂ ਕਿ ਖਾਨਦਾਨ ਦਾ ਨੱਕ ਵੱਢ ਦਿੱਤਾ, ਉਹ ਇਸ ਤਰ੍ਹਾਂ ਉਹਨੂੰ ਟੌਂਟ ਕਰਦੇ ਸਨ, ਠੀਕ ਹੈ। ਇੱਥੋਂ ਤੱਕ ਆਪਾਂ ਕੀਤਾ ਹੋਇਆ ਹੈ। ਨੈਕਸਟ ਦੇਖੋ, ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਤੇ ਗਾਲੜੀ ਚਟਕਾਰੇ ਲਾ ਲਾ ਸੁਣਦੇ ਹਨ, ਮਤਲਬ ਬੜੇ ਇੰਜੋਏ ਕਰ ਕਰਕੇ। ਮੇਰੇ ਦਾਦੇ ਚਾਰ ਭਰਾ ਸਨ, ਦਾਸ, ਪੁੰਨੂ, ਰਾਮ ਦਿੱਤਾ ਤੇ ਸਾਹਿਬ ਸਿੰਘ, ਠੀਕ ਹੈ। ਇੱਥੇ ਐਕਸਟਰਾ ਕੁਛ ਬਣਾ ਲਓ ਕਿ ਲੇਖਕ ਦੇ ਦਾਦੇ ਦੇ ਕਿੰਨੇ ਭਰਾ ਸਨ ਅਤੇ ਉਹਨਾਂ ਦੇ ਕੀ ਨਾਮ ਸੀ। ਲੇਖਕ ਦੇ ਦਾਦੇ ਦੇ ਕਿੰਨੇ ਭਰਾ ਸੀ, ਕਿੰਨੇ ਸੀ, ਚਾਰ, ਨਾਮ ਕੀ ਸਨ, ਰਾਮ ਦਿੱਤਾ ਤੇ ਸਾਹਿਬ ਸਿੰਘ, ਠੀਕ ਹੈ। ਨੈਕਸਟ ਹੈ, ਹੁਣ ਉਹ ਚਾਰਾਂ ਦੀ ਗੱਲ ਦੱਸਣ ਲੱਗਾ। ਚਾਰੇ ਭਰਾ ਕੱਦ ਵੱਲੋਂ ਇੰਨੇ ਨਰੋਏ ਤੇ ਵੱਡੇ, ਰੱਜ ਕੇ ਖਾਣ ਤੇ ਦੱਬ ਕੇ ਵਾਹਣ ਵਾਲੇ ਇਹੋ ਜਿਹੇ ਕਿ ਆਸ ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਇੱਕ ਕਹਾਵਤ ਹੈ ਇਹ ਸ਼ਾਇਦ ਤੁਸੀਂ ਪੜ੍ਹੀ ਵੀ ਹੋਏਗੀ, ਦੱਬ ਕੇ ਖਾ ਤੇ ਦੱਬ ਕੇ ਵਾਹ ਤੇ ਰੱਜ ਕੇ ਖਾ, ਮਤਲਬ ਪਹਿਲਾਂ ਪੂਰੀ ਮਿਹਨਤ ਕਰ ਲਓ ਤੇ ਬਾਅਦ ਵਿੱਚ ਆਰਾਮ ਦੇ ਨਾਲ ਤੁਸੀਂ ਰੋਟੀ ਖਾ ਸਕਦੇ ਹੋ, ਠੀਕ ਹੈ, ਰੱਜ ਕੇ ਖਾ। ਉਹ ਇਹਨਾਂ ਨੂੰ ਕਿਹਾ ਜਾਂਦਾ ਸੀ ਤੇ ਉਹ ਆਸ ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਹਊਆ ਮੀਨਸ ਇੱਕ ਡਰ ਦਾ ਕਾਰਨ, ਕਿਉਂਕਿ ਉਹ ਫਿਜ਼ੀਕਲੀ ਕਾਫੀ ਜ਼ਿਆਦਾ ਸਟਰੋਂਗ ਸਨ। ਲੋਕ ਆਖਦੇ ਹੁੰਦੇ ਸਨ ਕਿ ਜਿਸ ਖੇਤ ਦੇ ਵਿੱਚੋਂ ਦੀ ਇਹ ਚਾਰੇ ਬਾਬੇ ਲੰਘ ਜਾਣ, ਉਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਹੈ। ਡੰਡੀ ਮਤਲਬ ਉਹ ਵੱਟ, ਮਤਲਬ ਇੰਨੇ ਜ਼ਿਆਦਾ ਉਹ ਫਿਜ਼ੀਕਲੀ ਸਟਰੋਂਗ ਸੀਗੇ, ਜਿੱਥੋਂ ਦੀ ਉਹ ਤੁਰਦੇ ਸੀ ਉਹ ਪੈਰਾਂ ਦੇ ਭਾਰ ਦੇ ਨਾਲ ਹੀ ਵੱਟ ਬਣ ਜਾਂਦੀ ਸੀ, ਠੀਕ ਹੈ। ਸਾਰੇ ਵੱਡਿਆਂ ਦਾ ਨੇੜੇ ਦੇ ਪਿੰਡ ਛਾਪੇ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ। ਪਿੰਡ ਦਾ ਨਾਮ ਹੈ ਛਾਪੇ, ਠੀਕ ਹੈ, ਇਹਨੂੰ ਅੰਡਰਲਾਈਨ ਕਰ ਲਓ। ਉਹਨਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉੱਤੇ ਸੱਦਿਆ। ਉਸ ਦਿਨ ਰੋਹੀ ਵਿੱਚ ਹੱਲ ਵਾਉਂਦੇ ਸੀ, ਉੱਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਸਿੱਧੇ ਦੁਪਹਿਰੇ ਰੋਟੀ ਵਾਲ ਵੇਲੇ ਨੂੰ ਪਿੰਡ ਛਾਪੇ ਜਾ ਪੁੱਜੇ। ਅੱਗੋਂ ਵਿਆਹ ਵਾਲਿਆਂ ਨੇ ਮੇਲ ਗੇਲ ਲਈ ਇੱਕ ਕੜਾਹਾ ਗੁੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ, ਪਹਿਲਾਂ ਸ਼ਰੀਕੇ ਨੂੰ ਖਵਾ ਲਈਏ, ਮਤਲਬ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਨੇ। ਸਾਡੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ, ਮਤਲਬ ਉਹਨਾਂ ਨੇ ਪਹਿਲਾਂ ਸੋਚਿਆ ਸੀਗਾ ਕਿ ਜਿਹੜੇ ਅੱਗੋਂ ਦੀ ਆਏ ਉਹਨਾਂ ਨੂੰ ਖਵਾ ਦਈਏ। ਇਹ ਖਾਣ ਪੀਣ ਦੇ ਇੰਨੇ ਸ਼ੌਕੀਨ ਸੀ, ਇਹ ਪਹਿਲਾਂ ਹੀ ਜਾ ਕੇ ਉੱਥੇ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ, ਪ੍ਰਸ਼ਾਦ ਦਾ ਸਾਰਾ ਕੜਾਹ ਸਮੇਟ ਛੱਡਿਆ, ਜਿੰਨਾ ਬਣਾਇਆ ਸੀ ਸਭ ਕੁਛ ਖਾ ਗਏ, ਕਿਉਂਕਿ ਇਹਨਾਂ ਦੀ ਖੁਰਾਕ ਬਹੁਤ ਵਧੀਆ ਸੀ। ਉਹਨਾਂ ਦੇ ਵਰਤਾਵਿਆਂ ਨੇ ਬਥੇਰਾ ਇੱਧਰ ਉੱਧਰ ਦੇਖ ਹੋਇਆ, ਬਈ ਕਿਧਰੇ ਕੜਾਹ ਪ੍ਰਸ਼ਾਦ ਕਿਸੇ ਚੀਜ਼ ਵਿੱਚ ਸੁੱਟੀ ਤਾਂ ਨਹੀਂ ਜਾ ਰਹੇ। ਪਰ ਉਹਨਾਂ ਦੇ ਕੱਦ ਕਾਠ ਤੇ ਇੰਨੀ ਖੁਰਾਕ ਹੀ ਇੰਨੀ ਸੀ ਕਿ ਜੇ ਇੱਕ ਕੜਾਹਾ ਹੋਰ ਬਣਿਆ ਹੁੰਦਾ, ਠੀਕ ਹੈ, ਵੱਡਾ ਸਾਰਾ, ਅੱਧ ਪਚਦ ਉਸ ਵਿੱਚੋਂ ਕਿਹੜਾ ਨਾ ਚੜ ਜਾਂਦੇ, ਮਤਲਬ ਜੇ ਹੋਰ ਵੀ ਬਣਿਆ ਹੁੰਦਾ ਤੇ ਉਹਦੇ ਵਿੱਚੋਂ ਵੀ ਖਾ ਲੈਣਾ ਸੀ, ਠੀਕ ਹੈ। ਸੋ ਇੱਥੇ ਇੱਕ ਐਕਸਟਰਾ ਕੁਸ਼ਚਨ ਲਿਖ ਲਓ, ਲੇਖਕ ਦੇ ਦਾਦਿਆਂ ਦੀ ਖਾਣ ਪੀਣ ਸੰਬੰਧੀ ਇੱਕ ਘਟਨਾ ਦਾ ਬਿਆਨ ਕਰੋ। ਲੇਖਕ ਦੇ ਦਾਦਿਆਂ ਦੀ ਖਾਣ ਪੀਣ ਸੰਬੰਧੀ ਇੱਕ ਘਟਨਾ ਦਾ ਬਿਆਨ ਕਰੋ, ਠੀਕ ਹੈ। ਫਿਰ ਤੁਸੀਂ ਇਹ ਵਾਲੀ ਘਟਨਾ ਲਿਖ ਦੇਣੀ ਹੈ, ਪਿੰਡ ਛਾਪੇ ਗਏ ਸਨ, ਇੱਕ ਘਟਨਾ ਦਾ ਬਿਆਨ ਕਰੋ, ਰਾਈਟ। ਸਾਡੇ ਉਹਨਾਂ ਸੰਬੰਧੀਆਂ ਨੇ ਇਹਨਾਂ ਮਹਾਨ ਪੁਰਖਾਂ ਦੀ ਇਹ ਕਰਨੀ ਕਮਾਈ ਦਾ ਧਿਆਨ ਕਰਕੇ ਫੈਸਲਾ ਕਰ ਲਿਆ ਕਿ ਅੱਗੇ ਨੂੰ ਇਹਨਾਂ ਦੇ ਨਾ ਕਦੇ ਵਿਆਹ ਸ਼ਾਦੀ ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ। ਜਦੋਂ ਮੇਰੇ ਜੇ ਛਟਾਕੀਆਂ ਖਾਣ ਵਾਲੇ ਕੁੱਲ ਵਿੱਚ ਚਾਂਚਰਾਗ ਪ੍ਰਗਟ ਹੋਏ, ਫਿਰ ਜਾ ਕੇ ਪੀੜੀਆਂ ਦੀ ਟੁੱਟੀ ਗੰਢੀ ਗਈ। ਮਤਲਬ ਛਟਾਕੀਆਂ ਮੀਨਸ ਬਹੁਤ ਥੋੜਾ ਖਾਣ ਵਾਲਾ। ਹੁਣ ਲੇਖਕ ਆਪਣੀ ਗੱਲ ਕਰ ਰਿਹਾ ਕਿ ਕਿਉਂਕਿ ਉਹਨਾਂ ਨੇ ਇੱਕ ਹੋ ਜਾਂਦਾ ਨਾ, ਇਮੇਜ ਬਣ ਜਾਂਦੀ ਹੈ
खानदान विचों दी सारे खाण वाले ने, फिर वो कहिंदा सीगा कि आपां इन्हां नूं अगे नहीं बुलाना, पर वो कहिंदा जदों मेरा जन्म होया ते जिहड़ी पुराणी रीति चली आ रही सी वो टुट गई, मतलब हुण वो सोच रहे सन कि शायद अगों दी बुलाया जावे। खान पीन दे पक्ष नालों वध प्रसिद्धि, उन्हां दी जोरावरी वधेरे मशहूर सी, मतलब खान पीन ता उन्हां दा फेमस सी कि बहुत ज्यादा खांदे ने, पर उन्हां दा जिन्ना जोर सी उन्हां दे शरीर विच ओह वी बहुत ज्यादा फेमस सी। लोक गल्लां सुणाउंदे हन पुराने समें विच पहलवान टोलवाने नूं नाल लैके दिग्विजय दा झंडा फड़ के चढ़दे हुंदे सी, दिग्विजय फतेह दा झंडा, ठीक है, इक पिंड फतेह करना दूजे पिंड उत्ते चढ़ाई कर देनी, एक पिंड मतलब उत्थों दी इह पहलवानी जित के आंदे सी ते दूसरे पिंड उत्ते भी जित प्राप्त करदे सन, नाल मुंडीहार ते उहनां दे कई पठे चांबले हुंदे, पठे मतलब जिहड़े कुश्ती करदे आ पहलवान, चांबले मतलब ज्यादा उहनां नूं हुंदा सी आपणे उत्ते घमंड कि असीं बहुत ज्यादा तकड़े हाँ, ठीक है। जिस पिंड पुजदे पिंडां दे लोकां लई पहलवानां दा स्वागत करना जरूरी हुंदा ते ओह स्वागत पिछो सभा विच झंडा गड्ड देंदे, बई जे कोई बंदा इत्थे जोर वाला है तो साडे नाल खुल लवे। पहला पहला कि असीं पहलवानी करदे सी ना जदों ओह ओपनली चैलेंज करदे सी सारिआं नूं, ठीक है, ते ओह मैदान विच झंडा गड्ड देंदे सीगे इक दूसरे नूं, ओह चैलेंज करदे सीगे कि जिन्हें भी आके इत्थे कुश्ती लड़नी है ओह खुला चैलेंज है ओह लड़ सकदा है, ठीक है। इस तरहां दा इक जंगल वल दा पुसरिया होया पहलवान अपनी बीजेपी ताका लहरांदा, साडे पिंड भी बीजेपा मतलब विजेता, ठीक है, साडे पिंड भी आ गजिया, पिंड दा चौधरी चढ़त सिंह, नाम अंडरलाइन कर लो, चौधरी दा नाम है चढ़त सिंह, उस दे स्वागत लई गया, एक सबात बैठक विच उतारा कराया गया, साडा छोटा जिहा पिंड देख के पहलवान होर हंकार गया, ओह बिंदे चट्टे आखे मतलब फटाफट ही उन्हें आख्या इत्थे दा ते कोई पहलवान सुनिया ही नहीं, तुसी पक्की रस्त हवाले करो असी अगले पिंड जाइए। पक्की रस्त मतलब पक्की रस्त मतलब ओ एना उन्हों अपने आप ते घमंड सी, उन्हों लगा कि एक तो उन्हें छोटा जिहा पिंड देखा, उन्हें लगा कि इस पिंड विच ता कोई कुश्ती करन वाला होएगा ही नहीं, उन्हें कहा कि तुसी मैनू फाइनली जड़ा मेरा जित दा इनाम है वह दे दो ते मैं अगे जावां, ठीक है। पिंड दा चौधरी सियाणा सी, उसने कहा रस्ता नूं केड़ा जी असी कोई ना नुक्कर करनी है, असी किसे चीज तो नाबर नहीं, नाबर मतलब आपां मुक्करदे नहीं, चंगे भागां नूं पिंड विच मसा मसा भलवान दे चरण पए ने, इक रात तां कट्टो हुण खाण पीण जोगी रस्त बस्त भेज दिंदे हां, दिन चढ़दे नूं सारी गल नजिठ लवांगे सॉल्व कर लवांगे। उस पुराने जमाने विच पहलवानां नूं पिंडां दे लोक घिओ इकट्ठा करके दिंदे हुंदे सन, गुड़ ते कपड़ियां दे थानां दीआं पंडां बन दिंदे सन, नगदी भी पीरां फकीरां वांग चढ़ाई जांदी सी, मतलब पैसा जिद्दां पीरां फकीरां नूं नहीं आपां लोकी चढ़ांदे ऐदां उहनां नूं दिंदे सन। देखो इत्थे पिंडां विच पहलां पहलां पहलवानां दा किद्दां सतिकार कीता जांदा सी, ठीक है। ਇਹ ਪਹਿਲਵਾਨ ਪਿੰਡਾਂ ਤੋਂ ਕਾਫੀ ਸਮੱਗਰੀ ਘਿਓ ਤੇ ਕਈ ਤਰ੍ਹਾਂ ਦੇ ਬਦਾਮ ਆਦਿ ਮੇਵੇ ਤੇ ਹੋਰ ਗੁੜ ਗੰਡ ਪੂਰੇ ਗੱਡੇ ਦਾ ਲੱਦ ਇਕੱਠਾ ਕਰੀ ਨਾਲੋ ਨਾਲ ਚੁੱਕੀ ਫਿਰਦਾ ਸੀ। ਉੱਪਰੋਂ ਬਿਆਸੀਏ ਦਾ ਕਾਲ ਪਿਆ ਹੋਇਆ ਸੀ, ਮੀਂਹ ਨਾ ਪੈਣ ਕਰਕੇ ਕਹਿਰ ਪੈਣ ਨਾਲ ਇੱਧਰ ਖਾਣ ਨੂੰ ਦਲੀਆ ਨਾ ਜੁੜੇ, ਮਤਲਬ ਬਿਆਸੀਆ ਬਿਆਸ ਦਰਿਆ, ਠੀਕ ਹੈ, ਮੇ ਬੀ ਉੱਥੇ ਹੜ੍ਹ ਆ ਗਿਆ ਹੋਵੇ ਤੇ ਕਾਲ ਪੈ ਗਿਆ ਸ਼ੋਰਟਿਸ਼ ਥੁੜ, ਠੀਕ, ਤੇ ਲੋਕਾਂ ਨੂੰ ਖਾਣ ਨੂੰ ਬਿਲਕੁਲ ਵੀ ਨਹੀਂ ਸੀ ਮਿਲ ਰਿਹਾ। ਪਹਿਲਵਾਨ ਨੇ ਆ ਕੇ ਪੱਕੀ ਰਸ ਦੀ ਨਵੀਂ ਚੱਟੀ ਲਗਾ ਦਿੱਤੀ, ਪੱਕੀ ਰਸ ਘੱਟੋ ਘੱਟ ਧੜੀ ਕਿਉਂ, ਹੁਣ ਉਹਨੇ ਕੀ ਕਿਹਾ ਕਿ ਮੈਨੂੰ ਕੀ ਚਾਹੀਦਾ ਹੈ, ਉਹ ਜਿਹੜਾ ਪਹਿਲਵਾਨ ਦੂਸਰੇ ਪਿੰਡ ਤੋਂ ਆਇਆ ਸੀ, ਘੱਟੋ ਘੱਟ ਧੜੀ ਕਿਉਂ ਜ਼ਿਆਦਾ, ਇੰਨੀ ਹੀ ਖੰਡ ਬਦਾਮ ਤੇ ਹੋਰ ਸੀਧਾ ਵਾਧਾ ਹੁੰਦਾ ਸੀ, ਰਸਤ ਤਾਂ ਦੇਣੀ ਇੰਨੀ ਔਖੀ ਸ਼ਾਇਦ ਕਾਲ ਵੇਲੇ ਨਾ ਮੰਨੀ ਜਾਂਦੀ, ਪਰ ਪਿੰਡ ਦੀ ਹਲੱਤਣ ਚੱਲਣੀ ਬਹੁਤ ਔਖੀ ਸੀ। ਹਲੱਤਣ ਮਤਲਬ ਜੇ ਉਹ ਹਾਂਜੀ ਹਾਲਤ, ਜੇ ਉਹ ਪਹਿਲਵਾਨਾਂ ਨੂੰ ਰਸਤ ਨਾ ਦਿੰਦੇ ਤਾਂ ਪਿੰਡ ਦੀ ਹਾਲਤ ਬਹੁਤ ਖਰਾਬ ਹੋ ਜਾਣੀ ਸੀ, ਕਿਉਂਕਿ ਪਿੰਡ ਦਾ ਇੱਕ ਨਾਮ ਖਰਾਬ ਹੋਣਾ ਸੀ ਕਿ ਇਹਨਾਂ ਕੋਲ ਇੰਨਾ ਵੀ ਨਹੀਂ ਸਰਿਆ ਗਿਆ, ਠੀਕ ਹੈ।
ਪਹਿਲਵਾਨਾਂ ਦੇ ਜੱਥੇ ਨੂੰ ਰਾਤ ਨੂੰ ਰਸਤ ਦੇ ਕੇ ਚੜਤ ਸਿੰਘ ਚੌਧਰੀ ਬਾਬੇ ਪੁੰਨੂ ਕੋਲ ਆਇਆ। ਬਾਬਾ ਪੁੰਨੂ ਕੌਣ ਹੈ? ਹਾਂ, ਲੇਖਕ ਦੇ ਦਾਦੇ ਦਾ ਭਰਾ। ਪਿੰਡ ਦੇ ਚੌਧਰੀ ਨੂੰ ਘਰੇ ਆਇਆ ਦੇਖ ਕੇ ਬੈਠਣ ਲਈ ਪੀੜੀ ਦਿੱਤੀ ਤੇ ਪੁੱਛਿਆ, ਚੌਧਰੀ ਅੱਜ ਕੁਵੇਲੇ ਆਉਣਾ ਹੋਇਆ? ਚੌਧਰੀ ਨੇ ਸਾਰੀ ਗੱਲ ਸੁਣਾਈ ਤੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਕਿਹਾ, ਬਾਬਾ ਤੂੰ ਹੀ ਲਾਜ ਰੱਖ ਸਕਦਾ ਹੈ, ਬਸ ਮੈਨੂੰ ਇੱਕ ਵਾਰੀ ਹਾਂ ਕਰ ਦੇ। ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ, ਬਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ, ਇਸ ਲਈ ਉਸਨੇ ਹਾਂ ਦੀ ਮੰਗ ਹੀ ਕੀਤੀ। ਹਾਂ ਦੀ ਮੰਗ ਕਿਉਂ ਕੀਤੀ ਸੀ ਉਹਨੇ? ਚੌਧਰੀ ਬਾਬਾ ਪੁੰਨੂ, ਠੀਕ ਹੈ, ਲੇਖਕ ਦੇ ਦਾਦੇ ਦੇ ਭਰਾਵਾਂ ਵਿੱਚੋਂ ਸੀ ਇੱਕ। ਉਹਨੂੰ ਉਹਨੇ ਕਿਉਂ ਰਿਕੁਐਸਟ ਕੀਤੀ ਕਿ ਤੂੰ ਸਾਡੇ ਪਿੰਡ ਦੀ ਲਾਜ ਰੱਖ ਲਵੇਂ? ਕੁਐਸਚਨ ਵੀ ਬਣ ਸਕਦਾ ਹੈ ਕਿਉਂ। ਹਾਂ, ਗੁੱਡ। ਮੇਹੁਲ, ਪਿੰਡ ਦੇ ਚੌਧਰੀ ਨੇ ਚੜਤ ਸਿੰਘ ਜੀ ਦਾ ਨਾਮ ਸੀ, ਸਟੈਂਡ ਅਪ, ਉਹਨੇ ਬਾਬੇ ਪੁੰਨੂ ਨੂੰ ਕਿਉਂ ਬੇਨਤੀ ਕੀਤੀ ਕਿ ਤੂੰ ਹੁਣ ਤੂੰ ਹੀ ਸਾਡੀ ਪਿੰਡ ਦੀ ਲਾਜ ਬਚਾ ਸਕਦਾ ਹੈ, ਇਸ ਲਈ ਤੂੰ ਹਾਂ ਕਰ ਦੇ? ਕਿਉਂ? ਹਾਂਜੀ ਹਰਸ਼ ਮੈਮ, ਕਿਉਂਕਿ ਉਹਨੂੰ ਆਪਣੇ ਕੁਸ਼ਤੀ ਤੇ ਮਤਲਬ ਆਪਣੇ ਤੇ ਬਹੁਤ ਜ਼ਿਆਦਾ ਘਮੰਡ ਸੀ, ਮਾਣ ਸੀਗਾ ਕਿ ਇਹ ਇੱਕ ਛੋਟਾ ਜਿਹਾ ਪਿੰਡ ਹੈ, ਇੱਥੇ ਕੌਣ ਮੇਰੇ ਨਾਲ ਕੁਸ਼ਤੀ ਕਰ ਸਕਦਾ ਹੈ। ਤੇ ਇਸ ਲਈ ਚੜਕ ਸਿੰਘ ਜੋ ਕਿ ਪਿੰਡ ਦਾ ਚੌਧਰੀ ਸੀ, ਉਸਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਹੀ ਕੁਸ਼ਤੀ ਕਰਕੇ ਸਾਡੀ ਪਿੰਡ ਦੀ ਇੱਜ਼ਤ ਨੂੰ ਬਚਾ ਸਕਦੇ ਹੋ। ਠੀਕ ਹੈ, ਗੁੱਡ, ਰਾਈਟ। ਉਹਨਾਂ ਨੇ ਕਿਉਂ ਕਿਹਾ ਸੀ ਕਿ ਤੂੰ ਸਾਡੇ ਪਿੰਡ ਦੀ ਲਾਜ ਰੱਖ ਲੈ? ਕਿਉਂਕਿ ਇੱਕ ਤਾਂ ਉਹ ਪਹਿਲਵਾਨ ਸੀ, ਉਹਨੂੰ ਆਪਣੇ ਉੱਤੇ ਵੈਸੇ ਹੀ ਹੰਕਾਰ ਸੀ ਕਿ ਮੈਂ ਬਹੁਤ ਜ਼ਿਆਦਾ ਤਾਕਤਵਰ ਹਾਂ, ਤੇ ਉਹ ਜਿੰਨੀ ਰਸਤ ਉਹਦੇ ਮਨ ਚ ਆ ਰਿਹਾ ਸੀ ਓਨੀ ਉਹ ਮੰਗੀ ਜਾ ਰਿਹਾ ਸੀਗਾ, ਠੀਕ ਹੈ। ਤੇ ਪਿੰਡ ਵਿੱਚ ਕਾਲ ਪਿਆ ਹੋਇਆ ਸੀ, ਪਰ ਉਹਨੂੰ ਫਿਰ ਵੀ ਨਹੀਂ ਸੀ ਲੱਗ ਰਿਹਾ ਕਿ ਮੈਂ ਇਹਨਾਂ ਤੋਂ ਥੋੜਾ ਮੰਗਾ। ਫਿਰ ਵੀ ਉਹਨੇ ਦੇਖੋ ਕਿੰਨੀ ਡਿਮਾਂਡ ਰੱਖੀ ਕਿ ਘੱਟੋ ਘੱਟ ਤੜੀ ਘਿਓ, ਜ਼ਿਆਦਾ ਉਹ ਜਿਹੜਾ ਘਿਓ ਦਾ ਡੱਬਾ ਹੁੰਦਾ ਹੈ, ਤੇ ਖੰਡ ਬਦਾਮ, ਠੀਕ ਹੈ, ਉਹਨਾਂ ਦਿਨਾਂ ਵਿੱਚ ਖੰਡ ਬਦਾਮ ਇੰਨੇ ਮਤਲਬ ਕਿ ਇੰਨੇ ਕੀ ਮਹਿੰਗੇ ਹੁੰਦੇ ਨੇ, ਤਾਂ ਉਹ ਅਫੋਰਡ ਨਹੀਂ ਕਰ ਸਕਦੇ, ਇੱਕ ਤਾਂ ਉਹਨਾਂ ਦੇ ਕਾਲ ਪੈ ਗਿਆ। ਫਿਰ ਚੜਤ ਸਿੰਘ ਚੌਧਰੀ ਨੇ ਪੁੰਨੂ ਨੂੰ, ਕਿਉਂਕਿ ਪੁੰਨੂ ਕੀ ਸੀਗਾ, ਸਰੀਰ ਦਾ ਤਕੜਾ ਤਾਕਤਵਰ, ਤੇ ਉਹ ਉਹਨਾਂ ਦਾ ਜੁੱਸਾ ਮਤਲਬ ਸਰੀਰ ਵੀ ਏਦਾਂ ਦਾ ਸੀਗਾ ਕਿ ਉਹ ਲੜ ਸਕਦੇ ਨੇ, ਤੇ ਉਹਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੂੰ ਹੀ ਸਾਡੀ ਪਿੰਡ ਦੀ ਲਾਜ ਬਚਾ ਸਕਦਾ ਹੈ, ਤੂੰ ਇੰਨਾ ਲੜ ਤੇ ਇਹਨੂੰ ਹਰਾ, ਤਾਂ ਕਿ ਸਾਡੀ ਜਿੰਨੀ ਵੀ ਪਿੰਡ ਦੀ ਇੱਜ਼ਤ ਮਾਣ ਹੈ ਉਹ ਬਚਿਆ ਰਵੇ, ਠੀਕ ਹੈ, ਇਸ ਲਈ। ਗੁੱਡ ਹਰਸ਼ਦੀਪ। ਆਖੇ ਸੋਚ ਸੋਚ ਕੇ ਪੁੰਨੂ ਬੁੜੇ ਨੇ ਕਿਹਾ, ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ, ਹੰਮਾ ਧਾਰ ਕੇ ਆਇਆ ਹਾਂ, ਹੰਮਾ ਮਤਲਬ ਹਾਂ ਕਰਕੇ ਆਇਆ ਹਾਂ, ਪਰ ਉੱਤੋਂ ਲਵੇਰੀਆਂ ਦੇ ਦੁੱਧ ਤਾਂ ਇੱਕ ਪਾਸੇ, ਰੁੱਖ ਵੀ ਸੁੱਕ ਗਏ ਨੇ, ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ, ਦੇਖੀ ਚੌਧਰੀ ਕਿਤੇ ਸੁੱਕੇ ਹੱਡੀ ਮਰਵਾ ਦੇਵੇ। ਬਾਬੇ ਨੇ ਨੀਮ ਰਜ਼ਾਮੰਦੀ ਪ੍ਰਗਟ ਕਰਦਿਆਂ ਨਿਹੋਰੇ ਨਾਲ ਕਿਹਾ, ਉਹਨੂੰ ਲੱਗਾ ਕਿ ਮੈਨੂੰ ਤਾਂ ਖੁਦ ਨੂੰ ਖਾਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਕਾਲ ਪੈ ਗਿਆ, ਰੁੱਖਾਂ ਨੂੰ ਵੀ ਨਹੀਂ ਪਾਣੀ ਮਿਲ ਰਿਹਾ, ਤੇ ਮੈਂ ਕੀ ਪਤਾ ਮੈਂ ਲੜ ਪਾਵਾਂਗਾ ਕਿ ਨਹੀਂ ਲੜ ਪਾਵਾਂਗਾ। ਚੌਧਰੀ ਨੇ ਕਿਹਾ, ਬਾਬਾ ਤੂੰ ਫਿਕਰ ਨਾ ਕਰ, ਮੈਂ ਇੱਕ ਦੋ ਦਿਨ ਤੈਨੂੰ ਤਿਉੜ ਕਰਕੇ ਮੋਠ ਬਾਜਰੇ ਦੀ ਰਜਵੀਂ ਖਿਚੜੀ ਭੇਜਦਾ ਰਹੂੰਗਾ, ਤੂੰ ਜ਼ਰਾ ਆਸ ਬਣਾ, ਆਪਾਂ ਤੋਂ ਪਿੰਡ ਦੀ ਹੀਣਤਾ ਨਹੀਂ ਚੱਲੀ ਜਾਂਦੀ। ਹੁਣ ਚੌਧਰੀ ਉਹਨੂੰ ਕੀ ਕਹਿੰਦਾ, ਉਹਨੂੰ ਬੇਨਤੀ ਕਰਦਾ ਕਿ ਮੈਂ ਤੈਨੂੰ ਕਿਸੇ ਵੀ ਤਰੀਕੇ ਦੇ ਨਾਲ ਤਿਉੜ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਮੈਂ ਤੈਨੂੰ ਮੋਠ ਲਵੇਰੀਆ, ਇੱਕ ਨਾ ਗਾਂ ਹੈ ਮੱਝ ਹੁੰਦੀ ਉਹਦੀ ਕਿਸਮ ਹੁੰਦੀ ਜਿਹੜੀ ਦੁੱਧ ਦਿੰਦੀ ਹੈ, ਠੀਕ ਹੈ, ਮੋਠ ਬਾਜਰੇ ਦੀ ਖਿਚੜੀ ਮੈਂ ਤੈਨੂੰ ਭੇਜ ਦਿਆ ਕਰੂੰਗਾ, ਬਸ ਤੂੰ ਮੇਰੇ ਪਿੰਡ ਦੀ ਇੱਜ਼ਤ ਬਣਾ ਕੇ ਰੱਖੀ। ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ, ਜੀ ਅਸੀਂ ਪੱਕੀ ਰਸਤ ਦੇਣ ਦੀ ਥਾਂ ਜਿੱਦਣ ਕਹੋਗੇ ਦੋ ਹਾਥੀ ਕਰਕੇ ਦੇਖਾਂਗੇ, ਦੋ ਹਾਥੀ ਮਤਲਬ ਹਾਂ ਲੜਕੇ ਦੇਖਾਂਗੇ, ਪਰ ਤੁਹਾਨੂੰ ਹਲੇ ਰਸਤ ਆਪਾਂ ਨਹੀਂ ਦਿੰਦੇ, ਰਸਤ ਮੀਨਸ ਸਮਾਨ, ਖਾਣ ਪੀਣ ਦਾ ਸਮਾਨ। ਪਿੰਡ ਦੀ ਹਲੱਤਣ ਲੋਕ ਕਹਿੰਦੇ ਨੇ ਜੀ ਸਾਥੋਂ ਚੱਲੀ ਨਹੀਂ ਜਾਂਦੀ, ਹਲੱਤਣ ਬੇਇੱਜ਼ਤੀ ਬਦਨਾਮੀ। ਦਿਨ ਬੰਨਿਆ ਗਿਆ, ਫਿਕਸ ਹੋ ਗਿਆ ਡੇ,
ਪਿੰਡ ਦੇ ਪਿੰਡ ਟੁੱਟ ਕੇ ਤਮਾਸ਼ਾ ਵੇਖਣ ਆ ਪਏ। ਬਹੁਤੀ ਹੈਰਾਨੀ ਇਹ ਬਈ ਟਿੱਡੇ ਜਿੱਡਾ ਪਿੰਡ, ਟਿੱਡੇ ਮਤਲਬ ਬਹੁਤ ਛੋਟਾ ਜਿਹਾ ਪਿੰਡ ਜਿੱਥੇ ਪਾਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈ, ਇੱਥੇ ਨਾਮੀ ਪਹਿਲਵਾਨ ਨਾਲ ਕਿਹੜਾ ਲੋਹਾ ਲੈਣ ਵਾਲਾ ਜੰਮ ਪਿਆ ਹੈ, ਚਲੋ ਦੇਖੀਏ ਤਾਂ ਸਹੀ। ਹੁਣ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਕਾਫੀ ਕਰੇਜ਼ ਸੀ ਕਿ ਕੌਣ ਹੈ ਜਿਹਨੇ ਇੰਨੇ ਜ਼ਿਆਦਾ ਫੇਮਸ ਪਹਿਲਵਾਨ ਦੇ ਨਾਲ ਲੜਨਾ ਹੈ। ਢੋਲ ਵੱਜਿਆ, ਛਿੰਝ ਮੱਗ ਗਈ। ਛਿੰਝ ਮਤਲਬ ਛੱਛਾ ਭਾਗ ਮੁਹਾਵਰੇ ਕੀਤੇ ਨੇ ਆਪਾਂ, ਛਿੰਝ ਛਿੰਝ ਲੜਾਈ ਮੱਗ ਗਈ, ਮਤਲਬ ਲੜਾਈ ਹੋਰ ਜ਼ਿਆਦਾ ਤੇਜ਼ ਹੋ ਗਈ। ਪਹਿਲਵਾਨਾਂ ਦਾ ਨਿਹਾਰੀਆਂ ਖਾ ਖਾ ਕੇ ਗੁੰਨਿਆ ਜਿਸਮ ਤੇ ਨਿੱਤ ਕਰਤੱਬੀ ਜੁੱਸਾ ਦੇਖ ਕੇ ਸਾਰੇ ਲੋਕ ਹੈਰਾਨ, ਬਈ ਇਸ ਚੁਸਤ ਜਵਾਨ ਨਾਲ ਕੌਣ ਖੁਲੇਗਾ। ਮਤਲਬ ਉਹਦਾ ਨਿੱਤ ਕਰਤੱਬੀ ਮਤਲਬ, ਕਿਉਂਕਿ ਜਿਹੜਾ ਦੂਸਰਾ ਪਹਿਲਵਾਨ ਸੀ ਉਹ ਡੇਲੀ ਡੇਲੀ ਐਕਸਰਸਾਈਜ਼ ਕਰਦਾ ਸੀ, ਡੇਲੀ ਉਹ ਕਿਤੇ ਨਾ ਕਿਤੇ ਜਾ ਕੇ ਆਪਣੀ ਪਹਿਲਵਾਨੀ ਦੇ ਕਰਤੱਬ ਦਿਖਾਉਂਦਾ ਸੀ, ਤੇ ਪਿੰਡ ਵਾਲੇ ਵੀ ਹੈਰਾਨ ਸਨ ਕਿ ਇਸ ਪਹਿਲਵਾਨ ਦੇ ਨਾਲ ਕੌਣ ਲੜੇਗਾ। ਬਾਬਾ ਪੁੰਨੂ ਅਖਾੜੇ ਦੇ ਇੱਕ ਪਾਸੇ ਦੀ ਬੁੱਕਲ ਮਾਰੀ ਬੈਠਾ ਸੀ ਪਹਿਲਵਾਨ, ਅਖਾੜੇ ਵਿੱਚ ਗੇੜੇ ਮਾਰ ਮਾਰ ਕੇ ਰੋ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਦਿਖਾਉਂਦਾ, ਚਟਕਾਉਂਦਾ ਅਤੇ ਮਟਕਾਉਂਦਾ ਫਿਰਦਾ। ਜਦੋਂ ਅਖਾੜਾ ਜੰਮ ਗਿਆ, ਚੌਧਰੀ ਚੜਤ ਸਿੰਘ ਬਾਬੇ ਪੁੰਨੂ ਕੋਲ ਆਇਆ, ਮੱਥਾ ਟੇਕ ਕੇ ਕਿਹਾ, ਬਾਬਾ ਰੱਖ ਪਿੰਡ ਦੀ ਪੱਤ। ਮਤਲਬ ਕਿ ਇਹਦਾ, ਹਾਂ, ਪਿੰਡ ਦੀ ਇੱਜ਼ਤ ਰੱਖੀ, ਰੱਬ ਤੇਰੇ ਵਿੱਚ ਸੱਤ ਪਾਵੇ, ਸੱਤ ਮਤਲਬ ਹੌਸਲਾ, ਤੈਨੂੰ ਸਹੀ ਮੱਤ ਦੇਵੇ। ਬਾਬੇ ਨੇ ਖੇਸ ਲਾ ਕੇ ਅਖਾੜੇ ਵਿੱਚ ਛਾਲ ਮਾਰੀ, ਕਿੱਥੇ ਨਾਗ ਵਾਂਗ ਲਿਸ਼ਕਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ, ਕਿੱਥੇ ਬਾਬਾ ਪੁੰਨੂ ਦਾ ਖੁਰਦੜਾ ਪਿੰਡਾ, ਜਿਸ ਦੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਸੀ ਛੋਈ ਹੋਈ, ਮਤਲਬ ਬਾਡੀ ਉੱਤੇ ਤੇਲ ਵਗੈਰਾ ਨਹੀਂ ਸੀ ਲੱਗਾ ਹੋਇਆ ਉਹਦੇ। ਪਹਿਲਾਂ ਤੇ ਬਾਬੇ ਪੁੰਨੂ ਨੂੰ ਦੇਖ ਕੇ ਪਹਿਲਵਾਨ ਖਿੜਖਿੜਾ ਕੇ ਹੱਸਿਆ, ਫਿਰ ਰਹਿਮ ਦੇ ਕੇ ਘਰ ਆ ਕੇ ਬੋਲਿਆ, ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਹੋ, ਪਹਿਲਵਾਨ ਨੂੰ ਕੱਢੋ ਜੇ ਦੋ ਹੱਥ ਕਰਨੇ ਹਨ। ਸਟਿਲ ਯੂ ਆਰ ਟਾਕਿੰਗ, ਬਾਬੇ ਪੁੰਨੂ ਨੇ ਧੀਰਜ ਨਾਲ ਕਿਹਾ, ਧੀਰਜ ਮਤਲਬ ਆਰਾਮ ਨਾਲ, ਕੋਈ ਨਾ ਭਾਈ ਪਹਿਲਵਾਨ ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਅੱਖੜ ਜੇ ਬੰਦੇ ਨਾਲ ਹੀ ਦੇਖ ਲੈ। ਇੱਕ ਦੋ ਆਰੰਭਿਕ ਹੱਥ ਕਰਨ ਪਿੱਛੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੋਡੀ ਹੇਠ ਕੂਣੀ ਦਾ ਹੋੜਾ ਦੇ ਕੇ ਮਗਰੋਂ ਗਰਦਨ ਵਾਲੇ ਬਲੇਵੇ ਨਾਲ ਉਤਾਹ ਨੂੰ ਉਗੀਸ ਕੇ ਪਹਿਲਵਾਨ ਨੂੰ ਬਾਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਨੂੰ ਅਜਿਹਾ ਚੱਕਿਆ ਕਿ ਉਸਦੇ ਪੈਰ ਧਰਤੀ ਉੱਤੇ ਨਾ ਲੱਗਣ। ਠੀਕ ਹੈ, ਹਾਂਜੀ, ਉਤਾਹ ਨੂੰ ਚੱਕ ਕੇ, ਠੀਕ ਹੈ, ਹਾਂਜੀ, ਦਾਓ ਹੈ ਉਹਨੇ, ਮਤਲਬ ਕਿ ਕੀਤਾ ਉਹਦੀ ਠੋਡੀ ਚਿੰਨ, ਉਹਨੇ ਜਿਹੜੀ ਆ ਕੂਣੀ ਹੁੰਦੀ ਹੈ ਸਾਡੀ ਐਲਬੋ, ਏਦਾਂ ਦੇ ਕੇ ਉਹਨੇ ਨੂੰ ਉੱਪਰ ਤੱਕ ਚੱਕ ਦਿੱਤਾ, ਮਤਲਬ ਕਾਫੀ ਜ਼ਿਆਦਾ ਉਹ ਵੀ ਤਕੜਾ ਸੀ, ਉੱਤੇ ਤੱਕ ਏਦਾਂ ਚੱਕਿਆ ਕਿ ਉਹਦੇ ਪੈਰ ਵੀ ਥੱਲੇ ਨਹੀਂ ਸੀ ਲੱਗ ਰਹੇ। ਸਾਰਾ ਭਾਰ ਮੂੰਹ ਦੀ ਠੋਡੀ ਤੇ ਗਰਦਨ ਉੱਤੇ ਆ ਪਿਆ। ਥੋੜੇ ਚਿਰ ਪਿੱਛੋਂ ਜਦੋਂ ਉਸਦੇ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ, ਮਤਲਬ ਅੱਖਾਂ ਬਾਹਰ ਆ ਗਈਆਂ, ਵੈਸੇ ਨਹੀਂ, ਇੱਕ ਕਹਾਵਤ ਹੈ ਕਿ ਉਹ ਬਹੁਤ ਜ਼ਿਆਦਾ ਉਹਦੀ ਹਾਲਤ ਖਰਾਬ ਹੋ ਗਈ ਸੀਗੀ, ਠੀਕ ਹੈ, ਸਿਰ ਚਕਰਾਇਆ ਤੇ ਲੱਗਾ ਘੋਰੜੂ ਵੱਜਣ। ਘੋਰੜੂ ਮਤਲਬ ਉਹਦੀ ਇੱਕ ਡਰ ਦੇ ਕਾਰਨ ਇੱਕ ਆਵਾਜ਼ ਨਿਕਲੀ, ਸਾਊਂਡ ਇੱਕ ਅਲੱਗ ਤਰ੍ਹਾਂ ਦੀ। ਪਹਿਲਵਾਨ ਸਾਹਿਬ ਦੇ ਸਾਥੀ ਲੱਗੇ ਤੌਰ ਪੋਰ ਹੋ ਕੇ ਵੇਖਣ, ਤੌਰ ਪੋਰ ਹੈਰਾਨ ਹੋ ਕੇ ਦੇਖਣ ਲੱਗੇ। ਮਸਾ ਮਸਾ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖੇੜਾ ਛੁਡਾਇਆ। ਬਾਬੇ ਪੁੰਨੂ ਨੇ ਲੋਕਾਂ ਨੂੰ ਕਿਹਾ, ਦੇਖੋ ਭਾਈ ਅਸਾਂ ਹਾਲੇ ਖੁੱਲੇ ਨਹੀਂ, ਹਾਲੇ ਆਪਾਂ ਲੜੇ ਨਹੀਂ ਆ, ਠੀਕ ਹੈ, ਇਸ ਪਹਿਲਵਾਨ ਨੂੰ ਕਹੋ ਜਿੰਨਾ ਚਿਰ ਇੱਕ ਜਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ ਉਤਨਾ ਚਿਰ ਕੁਸ਼ਤੀ ਪੂਰੀ ਨਹੀਂ ਹੁੰਦੀ। ਲੋਕ ਉਸ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਉੱਥੋਂ ਭੱਜਣ ਦੇ ਰਾਹ ਲੱਭੇ, ਮਤਲਬ ਹੁਣ ਉਹ ਬਹੁਤ ਜ਼ਿਆਦਾ ਡਰ ਗਿਆ ਸੀ, ਉਹ ਮੈਦਾਨ ਛੱਡ ਕੇ ਭੱਜਣ ਲੱਗਾ ਸੀ। ਆਖਰ ਦਿਨ ਛਿਪਦੇ ਤੋਂ ਪਹਿਲਾਂ ਆਪਣਾ ਲੁੰਗ ਲਾਣਾ ਛੱਡ ਕੇ ਪੱਤਰਾ ਵੱਜ ਗਿਆ, ਪੱਤਰਾ ਵੱਜ ਗਿਆ, ਭੱਜ ਗਿਆ, ਮਤਲਬ ਆਪਣੀ ਜਿੰਨੀ ਉਹਨੇ ਰਸਤ ਇਕੱਠੀ ਕੀਤੀ ਸੀ, ਜਿੰਨੀ ਉਹਨੇ ਕਿਹਾ ਸੀਗਾ ਮੈਨੂੰ ਦੇ ਦੋ, ਸਾਰਾ ਸਮਾਨ ਆਪਣਾ ਉੱਥੋਂ ਛੱਡ ਕੇ ਉਹ ਭੱਜ ਗਿਆ। ਬਾਬੇ ਪੁੰਨੂ ਦੀ ਜੈ ਦੀ ਧੁਨੀ ਲੋਕਾਂ ਦੇ ਦਿਲਾਂ ਵਿੱਚ ਕਈ ਵਰੇ ਗੂੰਜਦੀ ਰਹੀ, ਮਤਲਬ ਉਹਦੀ ਜਿੱਤ ਦਾ ਜਸ਼ਨ ਮਨਾਉਂਦੇ ਰਹੇ ਲੋਕੀ। ਇੱਕ ਵਾਰ ਦੀ ਗੱਲ ਹੈ,
ਹੁਣ ਇਹ ਨੈਕਸਟ ਘਟਨਾ, ਇਹ ਘਟਨਾ ਯਾਦ ਰੱਖਿਓ, ਲੌਂਗ ਕੁਐਸਚਨ ਦੇ ਵਿੱਚ ਪੁੱਛੀ ਜਾ ਸਕਦੀ ਹੈ, ਠੀਕ ਹੈ? ਹਾਂਜੀ, ਤੁਸੀਂ ਆਪਣੇ ਵੱਲੋਂ ਵੀ ਵਰਡਿੰਗ ਤਾਂ ਚੇਂਜ ਕਰ ਸਕਦੇ ਹੋ ਆਂਸਰ ਵਿੱਚ ਥੋੜੀ ਬਹੁਤੀ, ਠੀਕ ਹੈ? ਸੋ ਇਹਦਾ ਮੈਂ ਐਕਸਟਰਾ ਕੁਐਸਚਨ ਨਹੀਂ ਬਣਾਉਣਾ, ਠੀਕ ਹੈ? ਦੱਸੋ ਕੀ ਬਣੇਗਾ ਕੁਐਸਚਨ ਇਹਦਾ, ਸੋਚੋ ਜ਼ਰਾ, ਕੁਐਸਚਨ ਫਰੇਮ ਕਰੋ ਇਸ ਘਟਨਾ ਬਾਰੇ, ਠੀਕ ਹੈ? ਓਕੇ, ਕਿ ਬਾਬੇ ਪੁੰਨੂ ਤੇ ਨਾਮੀ ਪਹਿਲਵਾਨ ਦੇ ਵਿਚਕਾਰ ਹੋਈ ਲੜਾਈ ਦਾ ਦ੍ਰਿਸ਼ ਬਿਆਨ ਕਰੋ। ਹਾਂ, ਨਾਮਾ ਪਹਿਲਵਾਨ ਕਿਉਂ ਭੱਜ ਗਿਆ, ਇਹ ਵੀ ਆ ਸਕਦਾ ਹੈ, ਠੀਕ ਹੈ? ਗੁੱਡ, ਯੈਸ ਅਰਸ਼ਦੀਪ, मैम बाबे पुन्नू ने पिंड की इज्जत किवें बचाई? ਠੀਕ ਹੈ, ਓਕੇ, ਗੁੱਡ। ਬਾਬੇ ਪੁੰਨੂ ਨੇ ਪਿੰਡ ਦੀ ਇੱਜ਼ਤ ਕਿਵੇਂ ਬਚਾਈ? ਠੀਕ ਹੈ, ਰਾਈਟ। ਸੋ ਕਾਫੀ ਐਕਸਟਰਾ ਕੁਐਸਚਨ ਬਣ ਸਕਦੇ ਨੇ, ਸਿਰਫ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚੈਪਟਰ ਵਿੱਚ ਕੀ ਚੱਲ ਰਿਹਾ, ਔਰ ਐਕਸਟਰਾ ਕੁਐਸਚਨਸ ਨੂੰ ਤੁਸੀਂ ਫੇਅਰ ਕਾਪੀ ਤੇ ਫਿਲਹਾਲ ਨਹੀਂ ਕਰਨਾ, ਠੀਕ ਹੈ? ਇੱਕ ਵਾਰ ਦੀ ਗੱਲ ਹੈ, ਇੱਕ ਪੁਰਾਣੇ ਸ਼ਹਿਤੂਤ ਦਾ ਦਰਖਤ ਹਨੇਰੀ ਨਾਲ ਜੜ੍ਹਾਂ ਤੋਂ ਉੱਖੜ ਕੇ ਰਾਹ ਵਿਚਾਲੇ ਡਿੱਗ ਪਿਆ। ਉਸ ਦੀਆਂ ਜੜ੍ਹਾਂ ਧਰਤੀ ਤੋਂ ਉੱਖੜ ਕੇ ਬਾਹਰ ਆ ਗਈਆਂ, ਪਰ ਵਿੱਚੋਂ ਅਲੈਦਾ ਨਾ ਹੋਣ। ਅਲੈਦਾ ਮਤਲਬ ਅਲੱਗ। ਧਰਤੀ ਤੋਂ ਉੱਖੜ ਕੇ ਬਾਹਰ ਆ ਗਈਆਂ, ਪਰ ਉਹ ਦਰਖਤ ਦੇ ਨਾਲ ਵੱਖ ਨਹੀਂ ਸੀ ਹੋ ਰਹੀਆਂ। ਦਰਖਤ ਰਾਹ ਵਿੱਚ ਅੜਿੱਕਾ ਬਣ ਕੇ ਪੈ ਗਿਆ। ਅੜਿੱਕਾ ਮਤਲਬ ਇੱਕ ਰੁਕਾਵਟ। ਸਾਡਾ ਇੱਕ ਬੁੱਢਾ ਬਾਬਾ ਉੱਪਰ ਲੰਘ ਰਿਹਾ ਸੀ, ਸ਼ਹਿਤੂਤ ਕੋਲ ਖੜੇ ਇੱਕ ਦੋ ਬੰਦੇ ਸੋਚ ਰਹੇ ਸੀ, ਬਈ ਇਸ ਦੇ ਬੜਾਂਗ ਨੂੰ ਪਹਿਲਾਂ ਛਾਂਗੀਏ ਜਾਂ ਜੜ੍ਹਾਂ ਦੇ ਤਣੇ ਵੱਢੀਏ। ਬੜਾਂਗ ਮਤਲਬ ਟੌਪ, ਇੱਕ ਤਾਂ ਜੜ੍ਹ ਹੁੰਦੀ ਹੈ ਨਾ, ਉਹਦੇ ਤੋਂ ਉੱਪਰ ਵਾਲਾ ਜਿੰਨਾ ਦਰਖਤ, ਉਹ ਪਹਿਲਾਂ ਕਹਿੰਦੇ ਸਨ ਜੜ੍ਹ ਨੂੰ ਵੱਢੀਏ ਕਿ ਪਹਿਲਾਂ ਉੱਪਰੋਂ ਦੀ ਸਾਰਾ ਦਰਖਤ ਵੱਢ ਦਈਏ, ਤਾਂ ਜੋ ਕਿਵੇਂ ਛੇਤੀ ਰਾਹ ਬਣੇ ਤੇ ਲਾਂਘਾ ਹੋਵੇ, ਲੰਘਣ ਲਈ ਰਾਹ ਹੋਵੇ। ਕੋਲੋਂ ਦੀ ਲੰਘਿਆ ਜਾਂਦਾ ਬਾਬਾ ਦੇ ਕੇ ਪੁੱਛਣ ਲੱਗਾ, ਬਾਬਾ ਇਸਦੀ ਛਾਂਗ ਛੰਗਾਈ ਦੱਸ ਕਿਵੇਂ ਕਰੀਏ। ਛਾਂਗ ਛੰਗਾਈ ਕਟਾਈ, ਟ੍ਰਿਮਿੰਗ ਵਗੈਰਾ। ਬਾਬੇ ਨੇ ਕਿਹਾ, ਖਿੱਚ ਕੇ ਘਰ ਲੈ ਜਾਵੋ, ਆਪਾਂ ਛਾਂਗ ਛੰਗਾਈ ਹੁੰਦੀ ਰਹੇਗੀ, ਆਪੇ ਛਾਂਗ ਛੰਗਾਈ ਹੁੰਦੀ ਰਹੇਗੀ। ਉਹਨਾਂ ਕਿਹਾ, ਲੈ ਬਈ ਬਾਬਾ, ਰਹੀ ਗੱਲ ਜੇ ਤੂੰ ਖਿੱਚ ਕੇ ਲੈ ਜਾਵੇ ਤਾਂ ਸ਼ਹਿਤੂਤ ਤੇਰਾ ਹੋਇਆ। ਬਸ ਜੀ, ਫਿਰ ਕੀ ਸੀ, ਬਾਬੇ ਨੇ ਪਹਿਲਾਂ ਬੜਾਂਗ ਵਾਲੇ ਪਾਸਿਓ ਸ਼ਹਿਤੂਤ ਨੂੰ ਉਥਲ ਪੁਥਲ ਕੇ ਜੜ੍ਹਾਂ ਉਖਾੜ ਦਿੱਤੀਆਂ, ਫਿਰ ਜੜ੍ਹਾਂ ਵੱਲੋਂ ਖਿੱਚ ਕੇ ਅੰਦਰ ਵਾੜ ਕੇ ਦਮ ਲਿਆ, ਸਾਹ ਲਿਆ। ਤੰਗ ਦਰਵਾਜ਼ੇ ਵਿੱਚ ਅੜਿੱਕਾ ਲੱਗਿਆ, ਦੋ ਚਾਰ ਝਟਕੇ ਲਾ ਕੇ ਜੜ੍ਹਾਂ ਵੱਲੋਂ ਟਾਣੇ ਟਾਣੀਆਂ ਫੜ ਕੇ ਅਜਿਹੇ ਖਿੱਚੇ ਕਿ ਉਹ ਸੁੱਕੜ ਕੇ ਨਾਲ ਲੱਗ ਗਈਆਂ। ਫਿਰ ਦੋ ਚਾਰ ਹੁਜਕਿਆਂ ਨਾਲ ਸਾਰਾ ਰੁੱਖ ਘਸੀਟ ਕੇ ਅੰਦਰ ਖਿੱਚ ਕੇ ਸੁੱਟ ਲਿਆ। ਇੱਥੇ ਐਕਸਟਰਾ ਕੁਐਸਚਨ ਕੀ ਬਣ ਸਕਦਾ ਹੈ ਪ੍ਰਭਗੁਣ? ਜਾਂ ਹਾਂ, ਕਿ ਸ਼ਹਿਤੂਤ ਨੂੰ ਬਾਬਾ ਖਿੱਚ ਕੇ ਘਰ ਕਿਵੇਂ ਲੈ ਕੇ ਆਇਆ, ਜਾਂ ਐਕਸਟਰਾ ਲਿਖ ਲਓ, ਜਾਂ ਰੁਕਾਵਟ ਨੂੰ ਕਿਵੇਂ ਦੂਰ ਕੀਤਾ ਗਿਆ, ਠੀਕ ਹੈ? ਬਸ ਇਹ ਇੱਕ ਪੈਰਾ ਪੜਾਂਗੇ, ਠੀਕ ਹੈ? ਜਿਨ੍ਹਾਂ ਸੱਜਣਾਂ ਨੂੰ ਉਹਨਾਂ ਗੱਲਾਂ ਉੱਤੇ ਇਤਬਾਰ ਨਾ ਆਵੇ ਵਿਸ਼ਵਾਸ, ਉਹ ਸਾਡੇ ਇੱਕ ਘਰ ਵਿੱਚ ਕਿੱਕਰ ਦੀ ਚੜੀ ਹੋਈ ਲਟੈਣ ਦਾ ਪ੍ਰਤੱਖ ਪ੍ਰਮਾਣ ਅੱਖੀ ਦੇਖ ਸਕਦੇ ਹਨ। ਕਿੱਕਰ ਦੀ ਚੜੀ ਹੋਈ ਲਟੈਣ ਮਤਲਬ, ਕਿੱਕਰ ਕੀ ਹੈ? ਪੇੜ ਦਾ ਨਾਮ, ਠੀਕ ਹੈ? ਉਹ ਕਹਿੰਦੇ ਕਿ ਜਿਨ੍ਹਾਂ ਨੂੰ ਇਹਨਾਂ ਉੱਤੇ ਇਤਬਾਰ ਨਹੀਂ ਹੈ, ਉਹ ਖੁਦ ਦੇਖ ਲਓ, ਉਹਦੀ ਇੱਕ ਟਾਹਣੀ ਜਿਹੀ ਉੱਪਰ ਤੁਹਾਨੂੰ ਚੜੀ ਹੋਈ ਦਿਸੇਗੀ, ਜਿਸ ਦੀ ਕਥਾ ਇਸ ਤਰ੍ਹਾਂ ਹੈ। ਹੁਣ ਉਹ ਕਿੱਕਰ ਵਾਲੀ ਘਟਨਾ ਸੁਣਾਉਣ ਜਾ ਰਿਹਾ, ਪਹਿਲਾਂ ਸ਼ਹਿਤੂਤ ਵਾਲੀ, ਠੀਕ ਹੈ? ਕਹਿੰਦੇ ਹਨ, ਸਾਡਾ ਵੱਡਾ ਦਾਦਾ ਦਾਸ, ਪਹਿਲਾਂ ਕਿਹੜੀ ਘਟਨਾ ਸੀ, ਉਹਦੇ ਵਿੱਚ ਕਿਹੜਾ ਨਾਮ ਸੀ? ਬਾਬਾ ਪੁੰਨੂ ਦਾ। ਹੁਣ ਕਿਹੜਾ ਹੈ? ਦਾਸ। ਹੁਣ ਦਾਸ ਦੀ ਸਟੋਰੀ ਚੱਲਣ ਲੱਗੀ ਹੈ। ਦਾਸ ਬਾਹਰ ਮੈਰੇ ਵਿੱਚ ਡੰਗਰਾਂ ਨੂੰ ਵੱਗ ਵਿੱਚ ਰਲਾਉਣ ਗਿਆ, ਫਿਰਦੇ ਫਰਾਂਦੇ ਦੀ ਇੱਕ ਕਿੱਕਰ ਦੀ ਗੇਲੀ ਉੱਤੇ ਨਿਗਾਹ ਪੈ ਗਈ। ਉਸ ਗੇਲੀ ਨੂੰ ਕੁਝ ਬੰਦੇ ਪਹਿਲਾਂ ਕਿਧਰੋਂ ਦੂਰ ਨੇੜਿਓਂ ਉੱਥੇ ਲਿਆ ਕੇ ਸੁੱਟ ਗਏ ਸੀ, ਬਈ ਜਦੋਂ ਦਾਓ ਲੱਗਿਆ, ਗੇਲੀ ਮਤਲਬ ਉਹਦੀ ਵੱਡੀ ਸਾਰੀ ਟਾਹਣੀ, ਜਦੋਂ ਦਾਓ ਮਤਲਬ ਜਦੋਂ ਸਾਡੇ ਵਿੱਚ ਹਿੰਮਤ ਹੋਈ, ਫੇਰ ਪਿੰਡ ਨੂੰ ਚੱਲਾਂਗੇ। ਲੱਕੜ ਦੀ ਅਜਿਹੀ ਮਾਰ ਤਾੜ ਪਹਿਲਾਂ ਆਮ ਹੁੰਦੀ ਸੀ। ਸਾਡੇ ਬਾਬੇ ਨੇ ਕਿਹਾ, ਚੌਧਰੀ ਇਹ ਟੰਬਾ ਜਿਹਾ ਕਿੱਸਾ ਹੈ, ਉਸਦਾ ਜਿਹੜਾ ਲੈ ਜਾਵੇ। ਚੌਧਰੀ ਨੇ ਵਿਅੰਗ ਕੀਤਾ, ਬਈ ਇਹ ਐਡੀ ਲੱਕੜ ਨੂੰ ਟੰਬਾ ਹੀ ਦਿਸਦਾ ਹੈ,
ਫਿਰ ਚੌਧਰੀ ਬੁਰਾ ਨਾ ਮਨਾਉਣਾ, ਆਖ ਕੇ ਬਾਬੇ ਨੇ ਨਾ ਕੀਤੀ, ਹਾਂ ਨਾ ਕੀਤੀ ਹੂੰ, ਝੱਟ ਮੋਢਾ ਹੇਠਾਂ ਡਾਹ ਦਿੱਤਾ ਤੇ ਕਿੱਕਰ ਦੀ ਗੇਲੀ ਕਰ ਲਿਆ ਸੁੱਟੀ। ਠੀਕ ਹੈ, ਉਹਨੂੰ ਕਹਿੰਦਾ ਸੀਗਾ ਜਿਹਦੀ ਵੀ ਹੈਗੀ ਇਹ ਵੱਡੀ ਸਾਰੀ ਲੱਕੜ ਜੀ ਉਹਨੂੰ ਚੱਕ ਕੇ ਲੈ ਜਾਵੇ, ਪਰ ਬਾਬੇ ਨੇ ਦਾਸ ਨੇ ਕੀ ਕੀਤਾ, ਉਹਨੇ ਬਿਲਕੁਲ ਨਹੀਂ ਸੋਚਿਆ, ਉਹਨੇ ਆਪਣੇ ਮੋਢੇ ਉੱਤੇ ਚੱਕ ਕੇ ਉਹਨੂੰ ਕਰ ਲਿਆ। ਉਸ ਦੀ ਲਟੈਣ ਚੜਾਈ ਗਈ, ਅਸੀਂ 90 ਵਰੇ ਪਿੱਛੋਂ ਸਾਲੀ ਉਹ ਸੁੱਕੀ ਪੱਕੀ ਤਸ਼ ਮੁਸ਼ ਕੇ ਹੌਲੀ ਧੋਈ। ਲਟੈਣ ਜਦੋਂ ਚੜਾਈ ਗਈ ਤਾਂ ਪਿੰਡ ਦੇ 94-8-10 ਗੱਭਰੂ ਇਕੱਠੇ ਕਰਨੇ ਪਏ। ਉਹ ਰਲ ਕੇ ਲਟੈਣ ਚੜਾਉਣ ਨਾਲੇ ਬਾਬੇ ਦੇ ਗੁਣ ਗਾਉਣ, ਬਈ ਦੇਖੋ ਹੁਣ ਸਾਰੇ ਪਿੰਡ ਦੇ 94 ਮੁੰਡੇ ਲੱਗ ਗਏ ਹਨ, ਹੁਣ ਦੇਖੋ ਚੜਾਉਣ ਲਈ ਕਿੰਨੇ ਬੰਦੇ ਬੁਲਾਏ ਗਏ, 8-10, ਤੇ ਉਥੋਂ ਦੀ ਉਹ ਇਕੱਲਾ ਹੀ ਲੈ ਕੇ ਆਇਆ। ਠੀਕ ਹੈ, ਬਾਬਾ ਪਤਾ ਨਹੀਂ ਕਾਹਦਾ ਬਣਿਆ ਹੋਇਆ ਸੀ ਜਿਹੜਾ ਇਕੱਲਾ ਹੀ ਇਹ ਗੇਲੀ ਚੁੱਕ ਲਿਆਇਆ ਸੀ। ਠੀਕ ਹੈ,